ਜਵਾਨੇ ਝੋਟਿਆਂ ਦਾ ਅੱਜ ਕੱਲ ਸਪਲੈਂਡਰਾਂ ਨੂੰ ਕੌਣ ਪੁੱਛਦਾ ਉਹ ਨਾਲੇ ਗੁੱਸਾ ਨਾ ਕਰਦੀ ਸੱਚ ਤੇਰੇ ਕੋਲ ਸਪਲੈਂਡਰ ਆ ਕਹਿੰਦੇ ਮੈਨੂੰ ਲਾ ਕੇ ਗੱਲ ਕਹੀ ਆ ਕੋਈ ਗੱਲ ਨੀ ਬਾਈ ਤੈਨੂੰ 3 ਸਾਲ ਹੋ ਗਏ ਲੈ ਕੇ ਦਿੱਤੇ ਨੂੰ ਇਹਨੂੰ ਕੀ ਹੋ ਗਿਆ ਠੀਕ ਕਰਾ ਲਾਂਗੇ ਮਿਸਤਰੀ ਨੂੰ ਦਿਖਾ ਲਾਂਗੇ ਕਿਸੇ ਨੂੰ ਮੈਨੂੰ ਨੀ ਪਤਾ ਯਾਰ ਕਰਤਾਰੇ ਕਿਸ਼ੋਰ ਨੂੰ ਵੀ ਉਹਦੇ ਪਿਓਨੇ ਬੁਲਟ ਲਿਆ ਹੀ ਦਿੱਤਾ ਦੂਜੇ ਤੀਜੇ ਦਿਨ ਉਹ ਅਜੇ ਤੇਰੇ ਮਾਂ ਦੀਆਂ ਦਵਾਈਆਂ ਚੱਲੀ ਜਾਂਦੀਆਂ ਹਜੇ ਕਬੀਲਦਾਰੀ ਦੇ ਹੋਰ ਬਥੇਰੇ ਕੰਮ ਕਰਨ ਵਾਲੇ ਆ ਨਿੱਕੀ ਦਾ ਵਿਆਹ ਕਰਨ ਵਾਲੇ ਪਿਆ ਬਥੇਰੇ ਕਬੀਲਦਾਰੀ ਦੇ ਖਰਚੇ ਹੁੰਦੇ ਤੈਨੂੰ ਕੀ ਪਤਾ ਅਜੇ ਕੱਲ੍ਹ ਪਰਸੋਂ ਤਾਂ ਹਜੇ ਇੰਨੇ ਗਾਹੋ ਹੋਈ ਜਾਂਦੇ ਆ ਮੇਰੇ ਯਾਰ ਗੱਲ ਸੁਣ ਲਾ ਬਾਪੂ ਜੇ ਮੈਨੂੰ ਬੁਲਟ ਲਿਆ ਕੇ ਦੇਗਾ ਮੈਂ ਕਾਲਜ ਫੇਰ ਜਾਊਂ ਨਹੀਂ ਮੈਂ ਜਾਂਦਾ ਨਹੀਂ ਆਹ ਚੱਕ ਚਾਬੀ ਹੈ ਜੀ ਇੱਥੋਂ ਤਾਂ ਭਰਾਵਾ ਰੋਈ ਮੱਥਾ ਨਹੀਂ ਵੱਜਦਾ ਇਹਨੂੰ ਕੌਣ ਸਮਝਾਵੇ ਇਹਨਾਂ ਨੂੰ ਯਾਰ ਕੀ ਗੱਲ ਹੋ ਗਈ ਚਾਚਾ ਨਾ ਕਰੇ ਹੁਣ ਸੈਰ ਕਰਨ ਆਇਆ ਹੈ ਨਾ ਖੂਹ 'ਤੇ ਆਇਆ ਹੈ ਫੋਨ ਲਾ ਕੇ ਪੁੱਛਦਾ ਵੀ ਗੱਲ ਕੀ ਬਣ ਗਈ ਸੁੱਖ ਸ਼ਾਂਤੀ ਆ ਹੈਲੋ ਹੈਲੋ ਚਾਚਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਚਾਚਾ ਜੀ ਨਾ ਹੁਣ ਤੁਸੀਂ ਕਦੇ ਸੈਰ ਕਰਨ ਆਏ ਹੋ ਨਾ ਤੁਸੀਂ ਕਦੇ ਖੂਹ ਤੇ ਆਏ ਹੋ ਸੁੱਖ ਸ਼ਾਂਤੀ ਤਾਂ ਹੈਗੀ ਆ ਸੁੱਖ ਸ਼ਾਂਤੀ ਕਾਹਦੀ ਆ ਪੁੱਤ ਕੱਲ ਪਰਸੋਂ ਸ਼ੋਅ ਨੂੰ ਪੜਨ ਪਾਇਆ ਸੀ ਇਹ ਨਹੀਂ ਟਿਕਦਾ ਇੱਕ ਤਾਂ ਅੱਛਾ ਤੇ ਹੁਣ ਤੁਸੀਂ ਘਰੇ ਹੋ ਹਾਂ ਘਰੇ ਆ ਪੁੱਤ ਚਲੋ ਮੈਂ ਆਉਣਾ ਫਿਰ ਤੁਹਾਡੇ ਕੋਲੇ ਘਰੇ ਫਿਰ ਕਰਦੇ ਆ ਗੱਲਬਾਤ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਹਾਂਜੀ ਚਾਚਾ ਜੀ ਵਧੀਆ ਹੁਣ ਦੱਸੋ ਕੀ ਕਹਿੰਦਾ ਫਿਰ ਸ਼ੋਰ ਆਪਣਾ ਉਹ ਯਾਰ ਜੱਗਾ ਕਿਸੇ ਦਾ ਸਿੱਖਿਆ ਸਿਖਾਇਆ ਆ ਗਿਆ ਅੱਛਾ ਉਹ ਕਹਿੰਦਾ ਮੈਂ ਤਾਂ ਵੱਡਾ ਮੋਟਰਸਾਈਕਲ ਲੈਣਾ ਮੈਂ ਤਾਂ ਹਜੇ ਆਹ ਕੱਲ੍ਹ ਪਰਸੋਂ ਲੈ ਕੇ ਦਿੱਤਾ ਸੀਗਾ ਮਾੜਾ ਮੋਟਾ ਵਿਗੜ ਜਾਂਦੀ ਹੈ ਚੱਲਦੀ ਮਸ਼ੀਨਰੀ ਠੀਕ ਕਰਾ ਦਿਆਂਗੇ ਸਹੀ ਗੱਲ ਆ ਬਾਕੀ ਕਾਲਜ ਜਦੋਂ ਨਵੇਂ ਨਵੇਂ ਲੱਗਦੇ ਚਾਚਾ ਜੀ ਗੇਰਾ ਹੁੰਦਾ ਹੀ ਆ ਕੋਈ ਨਾ ਸਮਝਾ ਲਾਂਗੇ ਆਪਾਂ ਉਹਨੂੰ ਕਾਹਦਾ ਹੋਰ ਹੀ ਉਹ ਕਰਦੇ ਰਹਿੰਦੇ ਇਹਦੀ ਮੰਮੀ ਨੂੰ ਕਹਾਂਗੇ ਮਾੜਾ ਮੋਟਾ ਸਮਝਾਊਗੀ ਉਹਨੂੰ ਤੁਸੀਂ ਐਂ ਕਰੋ ਇੱਕ ਵਾਰੀ ਉਹਨੂੰ ਨਾ ਪਿਆਰ ਨਾਲ ਮਨਾ ਕੇ ਕਾਲਜ ਭੇਜੋ ਉਹਦੇ ਨਾਲ ਦੇ ਮੁੰਡੇ ਜਿਹੜੇ ਆ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਕਿਹੜੇ ਕਿਵੇਂ ਦੇ ਆ ਅਤੇ ਆਪਾਂ ਕਰਾਂਗੇ ਕੋਈ ਹੱਲ ਕੇਰਾ ਉਹਨੂੰ ਪਿਆਰ ਨਾਲ ਸਮਝਾਓ ਅਤੇ ਆਪਾਂ ਮੁੜ ਕੇ ਮਗਰ ਚੱਲਾਂਗੇ ਉਹਦੇ ਕੱਲ੍ਹ ਨੂੰ ਉਹ ਕਹਿ ਦਾਂਗੇ ਐਂ ਤਾਂ ਆਖੇ ਤਾਂ ਲੱਗਦਾ ਉਹ ਕਰਦਾ ਨਾ ਉਂਗਲਾਂ 'ਤੇ ਚੜਿਆ ਲੋਕਾਂ ਦੀਆਂ 'ਤੇ ਵੀ ਮੈਨੂੰ ਬੁਲਟ ਚਾਹੀਦਾ ਚਲੋ ਕੋਈ ਨਾ ਜੀ ਕਰਾਂਗੇ ਆਪਾਂ ਹੀ ਉਹਨੂੰ ਇੱਕ ਵਾਰੀ ਪਿਆਰ ਨਾਲ ਭੇਜੋ ਅਤੇ ਉਹਨੂੰ ਇਹ ਨਹੀਂ ਦੱਸਣਾ ਵੀ ਆਪਾਂ ਵੀ ਜਾਵਾਂਗੇ ਆਪਾਂ ਚੱਲਾਂਗੇ ਮਗਰ ਫਿਰ ਉਹਦੇ ਕਰਦੇ ਹਾਂ ਹੱਲ ਕੋਈ ਉਹਦੇ ਨਾਲ ਦੇ ਨੂੰ ਮੈਂ ਜਾਣਦਾ ਕਰਦੇ ਹਾਂ ਕੋਈ ਆਪਾਂ ਜਗਾ ਚਲੋ ਠੀਕ ਹੈ ਕੋਈ ਨਹੀਂ ਠੀਕ ਹੈ ਚਾਚਾ ਜੀ ਮਿਲਦੇ ਹਾਂ ਫਿਰ ਆਪਾਂ ਕੱਲ੍ਹ ਨੂੰ ਤਿਆਰ ਰਹੋ ਤੁਸੀਂ ਚੱਲਾਂਗੇ ਫਿਰ ਆਪਾਂ ਮਗਰ ਨਹੀਂ ਚੱਲ ਬੜਾ ਠੀਕ ਹੈ ਜੀ ਲਓ ਚਾਚਾ ਜੀ ਜੱਗਾ ਵੀ ਆਈ ਜਾਂਦਾ ਹੈ ਅਤੇ ਉਹਦੇ ਨਾਲ ਦੇ ਮੁੰਡੇ ਵੀ ਇੱਥੇ ਹੀ ਆ ਕੇ ਰੁਕਣਗੇ ਤੇ ਫਿਰ ਸਾਰੀ ਗੱਲ ਕਲੀਅਰ ਹੋ ਜੂਗੀ ਵਾਲਾ ਬਾਈ ਬਾਪੂ ਯਾਰ ਹੁਣ ਤੂੰ ਫੇਰ ਪਿੱਛੇ ਆ ਗਿਆ ਯਾਰ ਕੋਈ ਨਹੀਂ ਖੜਤਾ ਸਹੀ ਤੂੰ ਯਾਰ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਮੈਨੂੰ ਐਂ ਤਾਂ ਦੱਸ ਦਿਓ ਜੱਗੇ ਤੂੰ 5 ਮਿੰਟ ਖੜਤਾ ਸਹੀ ਜੋ ਅਸੀਂ ਸਾਬਤ ਕਰਨਾ ਚਾਹੁੰਦੇ ਤੈਨੂੰ ਪਤਾ ਲੱਗ ਜੂ ਤੂੰ 5 ਮਿੰਟ ਖੜਤਾ ਸਕਦਾ ਯਾਰ ਮੈਂ ਤੁਹਾਡੇ ਕਹਿਣ 'ਤੇ ਕਾਲਜ ਆ ਗਿਆ ਨਾ ਮੇਰਾ ਜਲੂਸ ਨਾ ਕੱਢੋ
ਤੇਰਾ ਕੋਈ ਜਲੂਸ ਨਹੀਂ ਕੱਢ ਦੇ, ਕੋਈ ਨਾ ਦੋ ਲੈਕਚਰ ਛੱਡ ਦੇ, ਬਸ ਚੱਲਦੇ ਫਿਰ ਤੈਨੂੰ ਦੱਸ ਦਾਂਗੇ ਕੀ ਸਾਬਤ ਕਰਨਾ। 5 ਮਿੰਟ ਖੜ ਤੂੰ ਸਾਡੇ ਕੋਲੇ, ਸਬਰ ਕਰ ਮਾੜਾ ਜਾ। ਹਾਂ ਖੜ ਜਾ ਬਸ। ਨਾ ਬੱਸ ਆਈ ਆ ਨਾ ਜਗਦੀਪ ਆਇਆ, ਅੱਜ ਲੱਗਦਾ ਤੁਰ ਕੇ ਜਾਣਾ ਪਊ ਯਾਰ। ਚੱਲ ਕੋਈ ਨਹੀਂ ਫਿਰ ਸੁੱਖ ਸਿਆਂ ਤੁਰੇ ਚੱਲਦੇ ਹਾਂ ਹੌਲੀ ਹੌਲੀ। ਮੋਟਰਸਾਈਕਲ ਲੈ ਲਾ ਜੀ ਜੱਗੇ ਵਰਗਾ। ਅੱਛਾ ਉਹ ਬਾਈ ਵੀ ਆ ਗਿਆ, ਉਹ ਅੱਜ ਤੁਰ ਕੇ ਆਈ ਜਾਂਦਾ ਯਾਰ। ਉਹ ਕਿਵੇਂ ਅੱਜ ਤੁਰਿਆ ਆਉਂਦਾ, ਉਹ ਵੀ ਨਾਲ ਹੀ ਪੜਦਾ ਤੇਰੇ ਹਨ? ਹਾਂਜੀ ਨਾਲ ਹੀ। ਟੱਪ ਗਈ ਤੇ ਜਗਦੀਪ ਵੀ ਟੱਪਿਆ ਕਈ ਵਾਰੀ, ਇਹਦੇ ਨਾਲ ਸਾਈਕਲ ਤੇ ਚੜਿਆ ਹੋਣਾ ਹੁੰਦਾ ਤੇ ਉਹ ਮੈਂ ਸੋਚੀ ਇਹਨਾਂ ਵੀ ਸਾਈਕਲ ਆਪ ਹੀ ਲੈਣਾ ਇਹਦੇ ਵਰਗਾ, ਫਿਰ ਮੈਂ ਸਾਈਕਲ ਤੇ ਸੌਖਾ ਆ ਜਾ ਕਰੂੰਗਾ। ਕਿਉਂ ਜੱਗੇ, ਤੈਨੂੰ ਬਾਪੂ ਨੇ ਤੇਰੇ ਨੇ ਚਾਚੇ ਨੇ ਕਿੰਨੇ ਟਾਈਮ ਦਾ ਸਪਲੈਂਡਰ ਲੈ ਕੇ ਦਿੱਤਾ ਪਿਆ ਅਤੇ ਹਜੇ ਜਗਦੀਪ ਇਹ ਸੋਚੀ ਜਾਂਦਾ ਵੀ ਮੈਂ ਤੇਰੇ ਵਰਗਾ ਸਪਲੈਂਡਰ ਲੈਣਾ, ਅਤੇ ਸੌਖਾ ਇਹ ਸੋਚਦਾ ਮੈਂ ਜਗਦੀਪ ਵਰਗਾ ਸਾਈਕਲ ਲੈਣਾ, ਅਤੇ ਤੂੰ ਨੱਕ 'ਚ ਦਮ ਕਰ ਰੱਖਿਆ ਵੀ ਮੈਨੂੰ ਬੁਲਟ ਦਵਾਓ। ਸੌਰੀ ਬਾਈ, ਮੇਰੇ ਤੋਂ ਗਲਤੀ ਹੋ ਗਈ, ਜਿਹੜੀ ਚੀਜ਼ ਮੈਨੂੰ ਮੇਰੇ ਡੈਡੀ ਨੇ ਅੱਜ ਤੋਂ 3 ਸਾਲ ਪਹਿਲਾਂ ਲਿਆ ਕੇ ਦੇਤੀ ਉਹ ਅੱਜ ਇਹਨਾਂ ਕੋਲ ਹੈ ਨਹੀਂ ਗੀ। ਜਿਹੜੀ ਚੀਜ਼ ਤੇਰੇ ਕੋਲ ਆ ਨਾ ਜੱਗੇ, ਉਹ ਤੇਰੇ ਯਾਰਾਂ ਦੋਸਤਾਂ ਦਾ ਹਜੇ ਸੁਪਨਾ ਹੈ ਵੀ ਸਾਡੇ ਕੋਲ ਹੋਵੇ। ਠੀਕ ਆ ਬਾਪੂ, ਮੈਨੂੰ ਗਲਤੀ ਹੋ ਗਈ, ਮੈਂ ਤਾਂ ਮੈਨੂੰ ਮਾਫ਼ ਕਰ ਦੇ, ਕੋਈ ਨਹੀਂ ਸ਼ੇਰਾ ਦੱਬ ਕੇ ਪੜਿਆ ਕਰੋ। ਅੱਗੇ ਇੱਕ ਗੱਲ ਜਾਣਦੇ ਹਾਂ ਵੀ ਆਪਦੇ ਤੋਂ ਨੀਵੇਂ ਨੂੰ ਦੇਖ ਕੇ ਚੱਲੋ, ਆਪਦੇ ਤੋਂ ਉੱਚੇ ਨੂੰ ਦੇਖ ਕੇ ਕਦੇ ਨਾ ਚੱਲੋ, ਬਸ ਇੰਨਾ ਹੀ ਸਿੱਖਿਆ ਆਪਾਂ ਤਾਂ। ਬਾਕੀ ਤੂੰ ਸਾਡਾ ਯਾਰ ਆ ਹੈ ਨਾ, ਅਤੇ ਯਾਰ ਐਡੀ ਕਿੱਡੀ ਗੱਲ ਆ, ਕੋਈ ਨਹੀਂ ਆਪਦੀਆਂ ਮਿਹਨਤਾਂ ਨਾਲ ਆਪਾਂ ਸਾਰਾ ਕੁਛ ਹੀ ਲੈ ਲਵਾਂਗੇ ਹੈ ਨਾ। ਜੱਗੇ ਤੇਰੇ ਇੰਨੇ ਸਿਆਣੇ ਯਾਰ ਦੋਸਤ ਮੁੰਡੇ ਆ ਇਹ, ਤੂੰ ਇਹਨਾਂ ਤੋਂ ਕੁਛ ਸਿੱਖ ਯਾਰ। ਤੂੰ ਇੱਕੋ ਬੁਲਟ ਵਾਲੇ ਪਿੱਛੇ ਲੱਗ ਕੇ ਘਰੇ ਕਲੇਸ਼ ਪਾਇਆ, ਚਾਚੇ ਨੂੰ ਤੰਗ ਕਰਦਾ, ਇਹਨਾਂ ਤੋਂ ਸਿੱਖ। ਠੀਕ ਆ ਬਾਈ, ਮੇਰੇ ਤੋਂ ਗਲਤੀ ਹੋ ਗਈ, ਠੀਕ ਆ, ਹੁਣ ਮੈਂ ਜਿੱਦੇ ਬੁਲਟ ਲਈ ਤਾਂ ਆਪਦੀ ਕਮਾਈ ਦਾ ਹੀ ਲਊਂਗਾ। ਹਾਂ ਹੁਣ ਆਪਾਂ ਜਿੱਦੇ ਵੀ ਕੋਈ ਵੀ ਚੀਜ਼ ਲੈਣੀ ਆ ਆਪਦੀ ਕਮਾਈ ਦਾ ਲਵਾਂਗੇ, ਉਹਦਾ ਸਵਾਦ ਹੀ ਵੱਖਰਾ। ਠੀਕ ਆ ਬਾਈ, ਕੋਈ ਚੱਕਰ ਹੀ ਨਹੀਂ ਯਾਰ, ਤੂੰ ਐਵੇਂ ਹੌਸਲਾ ਰੱਖੀਂਗਾ। ਚਲੋ ਲਾਓ ਸ਼ੁਰੂ ਕਲਾਸ ਚੱਲ ਕੇ। ਚਲੋ ਠੀਕ ਆ ਜੱਗੇ, ਲਾਓ ਕਲਾਸਾਂ ਬਾਈ। ਚਲੋ ਬਾਈ, ਉਹ ਅੰਬਰਾਂ ਨੂੰ ਹੱਥ ਵੀ ਇਹ ਲੱਗ ਸਕਦਾ, ਜਨੂਨ ਹੋਣਾ ਚਾਹੀਦਾ, ਹੋਵੇ ਜੇ ਮੁਸੀਬਤਾਂ ਦੀ ਅੱਗ ਠਾਰਨੀ, ਤੱਤਾ ਖੂਨ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਅਤੇ ਸਾਰੇ ਜਣੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ, ਅਤੇ ਸਾਡਾ ਯੂਟਿਊਬ ਚੈਨਲ ਦਾ ਬੌਰਨ ਪੇਂਡੂ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।